ਪੰਜਾਬ ਪੁਲਿਸ ਦੇ ਵੱਲੋਂ ਹੁਣ ਉਹਨਾਂ ਦੀਆਂ ਪ੍ਰਾਪਰਟੀਆਂ ਨੂੰ ਫ੍ਰੀਜ਼ ਕੀਤਾ ਜਾ ਰਿਹਾ ਜਿਨ੍ਹਾਂ ਨੇ ਨਸ਼ਾ ਵੇਚ ਕੇ ਆਪਣੀਆਂ ਜ਼ਮੀਨਾਂ ਜਾਇਦਾਦਾਂ ਬਣਾਈਆਂ ਨੇ। ਇਸੇ ਦੇ ਚੱਲਦੇ ਹੁਣ ਇੱਕ ਮਹਿਲਾ ਨਸ਼ਾ ਤਸਕਰ ਦੀ 60 ਲੱਖ ਦੀ ਪ੍ਰਾਪਰਟੀ ਨੂੰ ਫ੍ਰੀਜ਼ ਕੀਤਾ ਗਿਆ। ਪੰਜਾਬ ਪੁਲਿਸ ਦੇ ਵੱਲੋਂ ਬਕਾਇਦਾ ਉਸਦੇ ਘਰ ਬਾਹਰ ਨੋਟਿਸ ਵੀ ਚਿਪਕਾ ਦਿੱਤਾ। ਹੁਣ ਤੱਕ ਪੁਲਿਸ ਦੇ ਵੱਲੋਂ 15 ਕਰੋੜ ਤੋਂ ਵੱਧ ਦੀ ਪ੍ਰਾਪਰਟੀ ਫ੍ਰੀਜ਼ ਕੀਤੀ ਗਈ। ਕੋਰਟ ਦੇ ਹੁਕਮਾਂ ਤੋਂ ਬਾਅਦ ਪੁਲਿਸ ਦੇ ਵੱਲੋਂ ਇਹ ਵੱਡਾ ਐਕਸ਼ਨ ਕੀਤਾ ਗਿਆ। ਫਿਰੋਜ਼ਪੁਰ ਪੁਲਿਸ ਨੇ ਨਸ਼ੇ ਨੂੰ ਲੈ ਕੇ ਵੱਡੀ ਕਾਰਵਾਈ ਕਰਦਿਆਂ ਹਲਕਾ ਗੁਰੂ ਹਰ ਸਹਾਏ ਵਿਖੇ ਇੱਕ ਔਰਤ ਦੀ ਲੱਖਾਂ ਰੁਪਏ ਦੀ ਜਾਇਦਾਦ ਫ੍ਰੀਜ਼ ਕੀਤੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ SPD ਰਣਧੀਰ ਕੁਮਾਰ ਨੇ ਦੱਸਿਆ ਕਿ ਰਾਣੀ ਪਤਨੀ ਅਸ਼ਵਨੀ ਕੁਮਾਰ ਨੇ ਨਸ਼ੇ ਦੀ ਕਮਾਈ ਨਾਲ ਸ਼ਹਿਰ ਅੰਦਰ 2 ਕੋਠੀਆਂ ਬਣਾਈਆਂ ਸਨ ਜਿਨ੍ਹਾਂ ਨੂੰ ਫ੍ਰੀਜ਼ ਕੀਤਾ ਗਿਆ ਹੈ। SPD ਨੇ ਇਹ ਵੀ ਦੱਸਿਆ ਕਿ ਰਾਣੀ ਦੇ ਖਿਲਾਫ਼ NDPS ਐਕਟ ਦੇ ਤਹਿਤ ਪਰਚੇ ਦਰਜ ਨੇ। SPD ਨੇ ਇਹ ਵੀ ਦੱਸਿਆ ਕਿ ਹੁਣ ਤੱਕ ਪੁਲਿਸ ਨੇ ਕਈ ਕੇਸਾਂ ਦੇ ਵਿੱਚ 15 ਕਰੋੜ ਤੋਂ ਵੱਧ ਦੀ ਪ੍ਰਾਪਰਟੀ ਫ੍ਰੀਜ਼ ਕੀਤੀ ਗਈ। ਤਾਂ ਸਾਫ਼ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਕਿ ਜਿਹੜੇ ਤਸਕਰਾਂ ਨੇ ਨਸ਼ਾ ਵੇਚ ਕੇ ਆਪਣੀਆਂ ਜ਼ਮੀਨਾਂ ਜਾਇਦਾਦਾਂ ਬਣਾਈਆਂ ਨੇ, ਕੋਰਟ ਦੇ ਆਰਡਰਾਂ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਕਰਕੇ ਉਹਨਾਂ ਨੂੰ ਫ੍ਰੀਜ਼ ਕੀਤਾ ਜਾਵੇਗਾ। ਜੀ ਸਰ, SSP ਫਿਰੋਜ਼ਪੁਰ ਸ਼੍ਰੀ ਦੀਪਕ ਖਿਲੋ ਜੀ ਵੱਲੋਂ ਜਿਹੜੀ ਇੱਕ ਅੱਡ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਯੂਨਿਟ ਬਣਾਈ ਗਈ ਸੀ ਜਿਸ ਵਿੱਚ ਸਪੈਸ਼ਲਾਈਜ਼ਡ ਮੁਲਾਜ਼ਮ ਲਿੱਤੇ ਗਏ ਸਨ, ਇਹ ਯੂਨਿਟ ਨੂੰ ਅੱਜ ਇੱਕ ਵੱਡੀ ਕਾਮਯਾਬੀ ਮਿਲੀ ਹੈ। ਜਦ ਰਾਣੀ ਜਿਹੜਾ ਅਸ਼ਵਨੀ ਦੀ ਵਾਈਫ ਸੀ ਗੁਰੂ ਹਰ ਸਾਹਿਬ ਦੇ ਰਹਿਣ ਵਾਲੀ ਸੀ, ਇਸ 'ਤੇ ਇੱਕ 2021 ਵਿੱਚ ਪਰਚਾ ਸੀ 500 ਗ੍ਰਾਮ ਚਿੱਟੇ ਦੀ ਰਿਕਵਰੀ ਸਾ, ਅਤੇ ਅੱਜ ਕੰਪੀਟੈਂਟ ਅਥਾਰਟੀ ਦਿੱਲੀ ਵੱਲੋਂ ਜਿਹੜੇ ਆਰਡਰ ਆਏ ਹੈਗੇ ਅਤੇ ਇਹਦੇ 60 ਲੱਖ ਤੋਂ ਵੱਧ ਜਿਹੜੀ ਪ੍ਰੋਪਰਟੀ ਹੈਗੀ ਉਹ ਅੱਜ ਫ੍ਰੀਜ਼ ਕੀਤੀ ਗਈ ਹੈ। ਅਤੇ ਨਾਲ ਨਾਲ ਮੈਂ ਤੁਹਾਨੂੰ ਇਹ ਵੀ ਦੱਸ ਦੇਵਾਂ ਕਿ ਸਾਲ 2023 ਵਿੱਚ ਹੁਣ ਤੱਕ 31 ਕੇਸਿਸ ਵਿੱਚ 15 ਕਰੋੜ ਦੇ ਰਾਊਂਡ ਜਿਹੜੀ ਪ੍ਰੋਪਰਟੀ ਹੈਗੀ ਉਹ ਫ੍ਰੀਜ਼ ਕੀਤੀ ਗਈ ਹੈ। ਮੈਨੂੰ ਇਹ ਲੱਗਦਾ ਹੈ ਕਿ ਫਾਈਟ ਅਗੇਂਸਟ ਡਰੱਗ ਵਿੱਚ ਇੱਕ ਬਹੁਤ ਵੱਡਾ ਉਪਰਾਲਾ ਹੈਗਾ, ਕਿਉਂਕਿ ਜਿਹੜੀ ਇੱਕ ਮੋਟੀਵੇਸ਼ਨ ਹੁੰਦੀ ਹੈ ਨਸ਼ੇ ਦੇ ਸੌਦਾਗਰੋਂ ਦੀ ਕਿ ਪ੍ਰੋਪਰਟੀ ਬਣਾਉਣ ਦੀ, ਫਾਇਦੇ ਕਮਾਉਣ ਦੀ, ਉਸ 'ਤੇ ਇਸ 'ਤੇ ਬੜੀ ਨੱਟ ਪਊਗੀ, ਥਲ ਪਊਗੀ। ਸਰ, ਅੱਗੋਂ ਵੀ ਇੱਦਾਂ ਦੀ ਕਾਰਵਾਈ ਜਾਰੀ ਰਹੇਗੀ? ਬਿਲਕੁਲ ਜੀ, ਅੱਗੋਂ ਵੀ ਇੱਦਾਂ ਹੀ ਕਾਰਵਾਈ ਜਾਰੀ ਰਹੂਗੀ। ਅਤੇ ਨਾਲ ਜਿਹੜਾ ਆਪਣੇ ਇੱਕ ਹੋਰ ਸਵਾਲ ਪੁੱਛਿਆ ਸੀ ਕਿ ਮਹਿਲਾਵਾਂ ਦੇ ਬਾਰੇ ਮੈਂ, ਅਤੇ ਜਿਹੜੀ ਪੁਲਿਸ ਡਿਪਾਰਟਮੈਂਟ ਹੈ ਉਹ ਪੁਰਖ ਜਾਂ ਮਹਿਲਾਵਾਂ ਜੇ ਅਪਰਾਧ ਕਰਦੀ ਹੈ ਜਾਂ ਚਿੱਟੇ ਜਾਂ ਨਸ਼ੇ ਦੇ ਕਾਰੋਬਾਰ ਵਿੱਚ ਹੈਗਾ, ਕੋਈ ਫਰਕ ਨਹੀਂ ਕਰਦੀ ਹੈ, ਭਾਵੇਂ ਪੁਰਖ ਹੋ ਜਾਂ ਮਹਿਲਾ ਹੋ, ਜੇ ਚਿੱਟੇ ਦਾ ਕਾਰੋਬਾਰ ਕਰੂਗਾ ਉਹਦੇ ਸਖ਼ਤ ਤੋਂ ਸਖ਼ਤ ਐਕਸ਼ਨ ਲਿੱਤਾ ਜਾਊਗਾ ਜੀ। ਪੰਜਾਬ ਪੁਲਿਸ ਦੇ ਵੱਲੋਂ ਹੁਣ ਉਹਨਾਂ ਦੀਆਂ ਪ੍ਰਾਪਰਟੀਆਂ ਨੂੰ ਫ੍ਰੀਜ਼ ਕੀਤਾ ਜਾ ਰਿਹਾ ਜਿਨ੍ਹਾਂ ਨੇ ਨਸ਼ਾ ਵੇਚ ਕੇ ਆਪਣੀਆਂ ਜ਼ਮੀਨਾਂ ਜਾਇਦਾਦਾਂ ਬਣਾਈਆਂ ਨੇ। ਇਸੇ ਦੇ ਚੱਲਦੇ ਹੁਣ ਇੱਕ ਮਹਿਲਾ ਨਸ਼ਾ ਤਸਕਰ ਦੀ 60 ਲੱਖ ਦੀ ਪ੍ਰਾਪਰਟੀ ਨੂੰ ਫ੍ਰੀਜ਼ ਕੀਤਾ ਗਿਆ। ਪੰਜਾਬ ਪੁਲਿਸ ਦੇ ਵੱਲੋਂ ਬਕਾਇਦਾ ਉਸਦੇ ਘਰ ਬਾਹਰ ਨੋਟਿਸ ਵੀ ਚਿਪਕਾ ਦਿੱਤਾ। ਹੁਣ ਤੱਕ ਪੁਲਿਸ ਦੇ ਵੱਲੋਂ 15 ਕਰੋੜ ਤੋਂ ਵੱਧ ਦੀ ਪ੍ਰਾਪਰਟੀ ਫ੍ਰੀਜ਼ ਕੀਤੀ ਗਈ। ਕੋਰਟ ਦੇ ਹੁਕਮਾਂ ਤੋਂ ਬਾਅਦ ਪੁਲਿਸ ਦੇ ਵੱਲੋਂ ਇਹ ਵੱਡਾ ਐਕਸ਼ਨ ਕੀਤਾ ਗਿਆ। ਫਿਰੋਜ਼ਪੁਰ ਪੁਲਿਸ ਨੇ ਨਸ਼ੇ ਨੂੰ ਲੈ ਕੇ ਵੱਡੀ ਕਾਰਵਾਈ ਕਰਦਿਆਂ ਹਲਕਾ ਗੁਰੂ ਹਰ ਸਹਾਏ ਵਿਖੇ ਇੱਕ ਔਰਤ ਦੀ ਲੱਖਾਂ ਰੁਪਏ ਦੀ ਜਾਇਦਾਦ ਫ੍ਰੀਜ਼ ਕੀਤੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ SPD ਰਣਧੀਰ ਕੁਮਾਰ ਨੇ ਦੱਸਿਆ ਕਿ ਰਾਣੀ ਪਤਨੀ ਅਸ਼ਵਨੀ ਕੁਮਾਰ ਨੇ ਨਸ਼ੇ ਦੀ ਕਮਾਈ ਨਾਲ ਸ਼ਹਿਰ ਅੰਦਰ 2 ਕੋਠੀਆਂ ਬਣਾਈਆਂ ਸਨ ਜਿਨ੍ਹਾਂ ਨੂੰ ਫ੍ਰੀਜ਼ ਕੀਤਾ ਗਿਆ ਹੈ। SPD ਨੇ ਇਹ ਵੀ ਦੱਸਿਆ ਕਿ ਰਾਣੀ ਦੇ ਖਿਲਾਫ਼ NDPS ਐਕਟ ਦੇ ਤਹਿਤ ਪਰਚੇ ਦਰਜ ਨੇ। SPD ਨੇ ਇਹ ਵੀ ਦੱਸਿਆ ਕਿ ਹੁਣ ਤੱਕ ਪੁਲਿਸ ਨੇ ਕਈ ਕੇਸਾਂ ਦੇ ਵਿੱਚ 15 ਕਰੋੜ ਤੋਂ ਵੱਧ ਦੀ ਪ੍ਰਾਪਰਟੀ ਫ੍ਰੀਜ਼ ਕੀਤੀ ਗਈ। ਤਾਂ ਸਾਫ਼ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਕਿ ਜਿਹੜੇ ਤਸਕਰਾਂ ਨੇ ਨਸ਼ਾ ਵੇਚ ਕੇ ਆਪਣੀਆਂ ਜ਼ਮੀਨਾਂ ਜਾਇਦਾਦਾਂ ਬਣਾਈਆਂ ਨੇ, ਕੋਰਟ ਦੇ ਆਰਡਰਾਂ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਕਰਕੇ ਉਹਨਾਂ ਨੂੰ ਫ੍ਰੀਜ਼ ਕੀਤਾ ਜਾਵੇਗਾ। ਜੀ ਸਰ,
SSP ਫਿਰੋਜ਼ਪੁਰ ਸ਼੍ਰੀ ਦੀਪਕ ਖਿਲੋੜ ਜੀ ਵੱਲੋਂ ਜਿਹੜੀ ਇੱਕ ਅੱਡ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਯੂਨਿਟ ਬਣਾਈ ਗਈ ਸੀ ਜਿਸ ਵਿੱਚ ਸਪੈਸ਼ਲਾਈਜ਼ਡ ਮੁਲਾਜ਼ਮ ਲਿੱਤੇ ਗਏ ਸਨ। ਇਹ ਯੂਨਿਟ ਨੂੰ ਅੱਜ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਦ ਰਾਣੀ ਜਿਹੜਾ ਅਸਵਨੀ ਦੀ ਵਾਈਫ ਸੀ ਗੁਰਹਰ ਸਾਹਿਬ ਦੇ ਰਹਿਣ ਵਾਲੀ ਸੀ ਇਸ 'ਤੇ ਇੱਕ 2021 ਵਿੱਚ ਪਰਸਾ ਸੀ 500 ਗ੍ਰਾਮ ਚਿੱਟੇ ਦੀ ਰਿਕਵਰੀ ਸਾ ਅਤੇ ਅੱਜ ਕੰਪੀਟੈਂਟ ਅਥਾਰਟੀ ਦਿੱਲੀ ਵੱਲੋਂ ਜਿਹੜੇ ਆਰਡਰ ਆਏ ਹੈਗੇ ਅਤੇ ਇਹਦੇ 60 ਲੱਖ ਤੋਂ ਵੱਧ ਜਿਹੜੀ ਪ੍ਰੋਪਰਟੀ ਹੈਗੀ ਉਹ ਅੱਜ ਫਰੀਜ ਕੀਤੀ ਗਈ ਹੈ ਅਤੇ ਨਾਲ ਨਾਲ ਮੈਂ ਤੁਹਾਨੂੰ ਇਹ ਵੀ ਦੱਸ ਦੇਵਾਂ ਕਿ ਸਾਲ 2023 ਵਿੱਚ ਹੁਣ ਤੱਕ 31 ਕੇਸਿਸ ਵਿੱਚ 15 ਕਰੋੜ ਦੇ ਅਰਾਊਂਡ ਜਿਹੜੀ ਪ੍ਰੋਪਰਟੀ ਹੈਗੀ ਉਹ ਫਰੀਜ਼ ਕੀਤੀ ਗਈ ਹੈ। ਮੈਨੂੰ ਇਹ ਲੱਗਦਾ ਹੈ ਕਿ ਫਾਈਟ ਅਗੇਂਸਟ ਡਰੱਗ ਵਿੱਚ ਇੱਕ ਬਹੁਤ ਵੱਡਾ ਉਪਰਾਲਾ ਹੈਗਾ ਕਿਉਂਕਿ ਜਿਹੜੀ ਇੱਕ ਮੋਟੀਵੇਸ਼ਨ ਹੁੰਦੀ ਹੈ ਨਸ਼ੇ ਦੇ ਸੌਦਾਗਰੋਂ ਦੀ ਕਿ ਪ੍ਰੋਪਰਟੀ ਬਣਾਉਣ ਦੀ ਫਾਇਦੇ ਕਮਾਉਣ ਦੀ ਉਸ 'ਤੇ ਇਸ 'ਤੇ ਬੜੀ ਨੱਟ ਪਊਗੀ ਥਲ ਪਊਗੀ। ਸਰ ਅੱਗੋਂ ਵੀ ਇੱਦਾਂ ਦੀ ਕਾਰਵਾਈ ਜਾਰੀ ਰਹੇਗੀ? ਬਿਲਕੁਲ ਜੀ, ਅੱਗੋਂ ਵੀ ਇੱਦਾਂ ਹੀ ਕਾਰਵਾਈ ਜਾਰੀ ਰਹੂਗੀ ਅਤੇ ਨਾਲ ਜਿਹੜਾ ਆਪਣੇ ਇੱਕ ਹੋਰ ਸਵਾਲ ਪੁੱਛਿਆ ਸੀ ਕਿ ਮਹਿਲਾਵਾਂ ਦੇ ਬਾਰੇ ਮੈਂ ਅਤੇ ਜਿਹੜੀ ਪੁਲਿਸ ਡਿਪਾਰਟਮੈਂਟ ਹੈ ਉਹ ਪੁਰਖ ਜਾਂ ਮਹਿਲਾਵਾਂ ਜੇ ਅਪਰਾਧ ਕਰਦੀ ਹੈ ਜਾਂ ਚਿੱਟੇ ਜਾਂ ਨਸ਼ੇ ਦੇ ਕਾਰੋਬਾਰ ਵਿੱਚ ਹੈਗਾ ਕੋਈ ਫਰਕ ਨਹੀਂ ਕਰਦੀ ਹੈ, ਭਾਵੇਂ ਪੁਰਖ ਹੋ ਜਾਂ ਮਹਿਲਾ ਹੋ, ਜੇ ਚਿੱਟੇ ਦਾ ਕਾਰੋਬਾਰ ਕਰੂਗਾ ਉਹਦੇ ਸਖ਼ਤ ਤੋਂ ਸਖ਼ਤ ਐਕਸ਼ਨ ਲਿੱਤਾ ਜਾਊਗਾ ਜੀ।